हेलो एवरीवन वेलकम और वेलकम बैक टू माय चैनल बीए सेमेस्टर 6 सोशियोलॉजी ਦਾ ਪੇਪਰ ਲਾਸਟ ਈਅਰ ਦਾ ਡਿਸਕਸ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਤੁਹਾਡੇ ਪੇਪਰ ਦਾ ਨਾਮ ਹੈ ਸੋਸ਼ਲ ਸਾਇੰਸ ਰਿਸਰਚ ਮੈਥਡਸ ਰੈਗੂਲਰ ਵਾਲਿਆਂ ਦਾ ਇਹ ਪੇਪਰ ਹੈ 70 ਨੰਬਰ ਦਾ ਹੁੰਦਾ ਹੈ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਨੂੰ 100 ਨੰਬਰ ਦਾ ਹੁੰਦਾ ਹੈ ਲੇਕਿਨ ਇਸ ਵਾਰ ਇਹ ਕਹਿ ਰਹੇ ਨੇ ਕਿ ਡਿਸਟੈਂਸ ਵਾਲਿਆਂ ਦਾ ਜਿਹੜਾ ਪੇਪਰ ਹੈ ਉਹ ਵੀ 70 ਨੰਬਰ ਦਾ ਆਏਗਾ 3 ਨੰਬਰ ਦੀ ਅਸੈਸਮੈਂਟ ਆਏਗੀ ਲੇਕਿਨ ਹਲੇ ਯੂਨੀਵਰਸਿਟੀ ਦੇ ਵੱਲੋਂ ਪੱਕਾ ਇਹ ਜਿਹੜਾ ਹੈਗਾ ਡਿਕਲੇਅਰ ਨਹੀਂ ਕੀਤਾ ਗਿਆ ਸੋ ਇੰਪੋਰਟੈਂਟ ਕੁਐਸ਼ਨ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਗੇ ਕਿ ਕਿਹੜੇ ਇੰਪੋਰਟੈਂਟ ਹੈ ਇਸ ਤੋਂ ਬਾਅਦ ਦੇ ਵਿੱਚ ਨੈਕਸਟ ਵੀਡੀਓ ਇੰਪੋਰਟੈਂਟ ਕੁਐਸ਼ਨਸ ਦੀ ਜਿਹੜੇ ਮੈਂ 10 12 ਕੁਐਸ਼ਨਸ ਦੰਨੀ ਹੁੰਦੀਆਂ ਉਹ ਵੀ ਨਾਲ ਦੀ ਨਾਲ ਮੈਂ ਵੀਡੀਓ ਅਪਲੋਡ ਕਰ ਦਾਂਗੀ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਅਤੇ ਨਾਲ ਹੀ ਸ਼ੇਅਰ ਕਰੋ ਤੇ ਇਸ ਦੇ ਕੁਐਸ਼ਨ ਪੇਪਰ ਦੇ ਥਰੂ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਕਿੱਦਾਂ ਦਾ ਪੈਟਰਨ ਤੁਹਾਨੂੰ ਆਉਂਦਾ ਸੈਕਸ਼ਨ A ਦੇ ਵਿੱਚ ਵੀ 4 ਕੁਐਸ਼ਨ B ਦੇ ਵਿੱਚ ਵੀ 4 ਕੁਐਸ਼ਨ ਸੈਕਸ਼ਨ C ਦੇ ਵਿੱਚ ਜਿਹੜਾ ਹੈ 14 ਕੁਐਸ਼ਨ ਪੁੱਛੇ ਜਾਣਗੇ ਸੈਕਸ਼ਨ A ਵਿੱਚ ਚਾਰਾਂ 'ਚੋਂ ਦੋ ਕਰਨੇ ਆ ਜਿਵੇਂ ਆਪਾਂ ਹਰ ਸਾਲ ਕਰਦੇ ਆ B ਦੇ ਵਿੱਚੋਂ ਵੀ ਚਾਰ 'ਚੋਂ ਦੋ ਕਰਨੇ ਆ ਕੋਈ ਵੀ ਸੈਕਸ਼ਨ C ਪਰ ਸਾਰਾ ਹੁੰਦਾ 14 ਕੁਐਸ਼ਨ ਨੇ 올 ਕੰਪਲਸਰੀ ਠੀਕ ਹੈ ਮਾਰਕਿੰਗ ਸਕੀਮਾ ਨੂੰ ਇੱਥੇ ਇਗਨੋਰ ਕਰੋ ਕਿਉਂਕਿ ਇਹ ਕੁਐਸ਼ਨ ਪੇਪਰ ਜਿਹੜਾ ਹੈ ਰੈਗੂਲਰ ਵਾਲਿਆਂ ਦਾ ਦਾ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਨੂੰ ਇਹਦੇ ਵਿੱਚ ਜਿਹੜੇ ਹੈ ਮਾਰਕਸ ਵੱਧ ਵੱਧ ਕੇ ਆਉਂਦੇ ਨੇ ਠੀਕ ਹੈ ਤੇ ਨਾਲ ਹੀ ਇਹ ਕੁਐਸ਼ਨ ਪੇਪਰ ਸਾਰਿਆਂ ਨੇ ਹੀ ਫੋਲੋ ਕਰਨਾ ਹੈ ਕਿਉਂਕਿ ਇੰਪੋਰਟੈਂਟ ਕੁਐਸ਼ਨ ਹੈ ਸੈਕਸ਼ਨ A ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਗਏ ਸੀ ਡਿਸਕਸ ਵੇਰੀਅਸ ਸਟੈਪਸ ਇਨਵੋਲਵਡ ਇਨ ਸੋਸ਼ਲ ਰਿਸਰਚ ਸਮਾਜਿਕ ਖੋਜ ਦੇ ਵਿੱਚ ਵਿਚਲੇ ਜਿਹੜੇ ਪੜਾਅ ਨੇ ਅਵਸਥਾਵਾਂ ਨੇ ਇਹਨਾਂ ਦੀ ਚਰਚਾ ਕਰੋ ਤਾਂ ਜਿਹੜੇ ਵੀ ਕਦਮ ਨੇ ਨਾ ਫਰਸਟ ਕੁਐਸਚਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਸਾਲ ਪੇਪਰ ਜਾਂਦਾ ਹੈ ਕਿ ਸਮਾਜਿਕ ਖੋਜ ਦੇ ਪੜਾਵਾਂ ਜਾਂ ਯਾਨੀ ਕਿ ਕਦਮਾਂ ਦੇ ਬਾਰੇ ਜਿਹੜਾ ਹੈ ਲਿਖੋ ਤਾਂ ਇਹ ਕਿੰਨੇ ਸ਼ੀਟਾਂ ਤੇ ਕਰਨਾ ਹੈ ਚਾਰ ਜਾਂ ਪੰਜ ਸ਼ੀਟਾਂ ਦੇ ਉੱਤੇ ਲੌਂਗ ਕੁਐਸਚਨ ਅਟੈਂਪਟ ਕਰਨੇ ਨੇ ਆਪਾਂ ਨੇ ਸਾਰੇ ਤੇ ਸ਼ਾਰਟ ਕੁਸ਼ਨ ਇੱਕ ਸ਼ੀਟ ਦੇ ਉੱਤੇ ਤੁਸੀਂ ਤਿੰਨ ਜਾਂ ਚਾਰ ਅਟੈਂਪਟ ਕਰ ਸਕਦੇ ਹੋ। ਵਾਟ ਇਜ਼ ਮੀਨਿੰਗ ਆਫ ਹਾਈਪੋ ਹਾਈਪੋਥੈਸਿਸ ਪਰਿਕਲਪਨਾ ਉਪਕਰਪਨਾ ਦਾ ਕੀ ਅਰਥ ਹੈ? ਇਸ ਦੇ ਸੋਰਸਸ ਇਸ ਦੇ ਸਰੋਥ ਜਿਹੜੇ ਨੇ ਕਿਹੜੇ-ਕਿਹੜੇ ਹੈ? ਤਾਂ ਸਰੋਥ ਬਹੁਤ ਘੱਟ ਵਾਰ ਪੁੱਛੇ ਜਾਂਦੇ ਨੇ ਪਿਛਲੀ ਵਾਰ ਪੁੱਛ ਲਏ ਨੇ ਤਾਂ ਇਸ ਵਾਰ ਜਿਹੜਾ ਹੈ ਹਾਈਪੋਥੈਸਿਸ ਦੀਆਂ ਟਾਈਪਸ ਵਗੈਰਾ ਜਿਹੜੇ ਨੇ ਪੁੱਛ ਸਕਦੇ ਨੇ। ਤੇ ਨਾਲ ਹੀ ਪਲੇਲਿਸਟ ਆਲਰੇਡੀ ਬਣੀ ਹੋਈ ਹੈ ਸਾਰੇ ਹੀ ਕੁਐਸਚਨਸ ਮੈਂ ਕਰਵਾਏ ਹੋਏ ਨੇ ਜਿਹੜੇ ਵੀ ਵਿਦਿਆਰਥੀਆਂ ਨੂੰ ਐਦਾਂ ਲੱਗਦਾ ਕਿ ਮੈਮ ਨੇ ਹਜੇ ਜੀਜੀਓਲਜੀ ਟੀਚ ਕਰਨੀ ਸਟਾਰਟ ਨਹੀਂ ਕੀਤੀ ਤਾਂ ਪਿਛਲੇ ਸਾਲ ਮੈਂ ਸਾਰੀ ਸ਼ੀਸ਼ੋਲਜੀ ਦੀ ਬੁੱਕ ਜਿਹੜੀ ਸੀਗੀ ਕੰਪਲੀਟ ਕਰਤੀ ਸੀ ਸ਼ਾਰਟ ਕੁਐਸਚਨ ਵੀ ਪਾਏ ਹੋਏ ਨੇ ਪਲੇਲਿਸਟ ਬਣੀ ਹੋਈ ਹੈਗੀ ਹੈ ਚੈੱਕ ਜ਼ਰੂਰ ਕਰਿਓ ਲਿੰਕ ਮੈਂ ਬਾਦਾਂਗੀ ਤੁਹਾਨੂੰ ਕਮੈਂਟ ਬਾਕਸ 'ਚ ਇੰਟਰਵਿਊ ਕੀ ਹੁੰਦੀ ਹੈ ਅਤੇ ਇਸੀਆਂ ਟਾਈਪਸ ਜਿਹੜੀਆਂ ਨੇ ਕਿਸਮਾਂ ਇੰਟਰਵਿਊ ਦੀਆਂ ਕਿਹੜੀਆਂ ਨੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਾਰ-ਬਾਰ ਰਿਪੀਟ ਹੋਣ ਵਾਲਾ ਕੁਐਸਚਨ ਇੱਕ ਤਾਂ ਪਹਿਲਾ ਵਾਲਾ ਕੁਐ ਫੋਰਥ ਵਾਲਾ ਕੁਐਸਚਨ ਕਿਹੜਾ ਹੈ ਇੰਟਰ ਸ਼ੈਡਿਊਲ ਅਤੇ ਕੁਐਸਨਿਅਰ ਦੇ ਵਿੱਚ ਕੀ ਡਿਫਰੈਂਸ ਹੈ ਕੀ ਅੰਤਰ ਹੈ ਅਨੁਸੂਚੀ ਅਤੇ ਪ੍ਰਸ਼ਨਾਵਲੀ ਦੇ ਵਿੱਚ ਸੈਕਸ਼ਨ ਬੀ ਦੇ ਵਿੱਚ ਕਿਹੜੇ ਕੁਐਸਚਨ ਨੇ ਸੈਂਪਲਿੰਗ ਵਾਲਾ ਕੁਐਸਚਨ ਆਇਆ ਹੋਇਆ ਸੈਂਪਲਿੰਗ ਐਂਡ ਇਟਸ ਟਾਈਪਸ ਸੈਂਪਲਿੰਗ ਕੀ ਹੈ ਅਤੇ ਇਸ ਦੀਆਂ ਕਿਸਮਾਂ ਦੇ ਖੂਬ ਬਹੁਤ ਛੋਟਾ ਪ੍ਰਸ਼ਨ ਪ੍ਰਸ਼ਨਾਵਲੀ ਆਈ ਹੋਈ ਹੈ ਤੁਹਾਨੂੰ ਬਹੁਤ ਹੀ ਛੋਟਾ ਕੁਐਸਚਨ ਪੇਪਰ ਆਇਆ ਹੋਇਆ ਹੈ ਲੇਕਿਨ ਇਸ ਸਾਲ ਪੇਪਰ ਜਿਹੜਾ ਹੈ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਪਾਇਆ ਜਾਊਗਾ ਕਿਉਂਕਿ ਪਿਛਲੀ ਵਾਰ ਬਹੁਤ ਛੋਟਾ ਸੀ ਤੇ ਬਹੁਤ ਕੰਪਲਿਕੀਸ਼ਨਸ ਆਈ ਸੀ ਪੇਪਰ ਦੇ ਵਿੱਚ ਵਾਟ ਯੂ ਮੀਨ ਬਾਈ ਟੈਬੂਲੇਸ਼ਨ ਸਾਰਣੀਕਰਨ ਕੀ ਹੈ ਡਿਟੇਲ ਚ ਲਿਖੋ ਫੰਕਸ਼ਨਸ ਆਫ ਸਟੈਟਿਸਟਿਕਸ ਹੁਣ ਦੇਖੋ ਇਹ ਬਿਲਕੁਲ ਛੋਟੇ ਛੋਟੇ ਕੁਐਸਚਨ ਹੈ ਤਾਂ ਆਪਾਂ ਨੇ ਸੈਂਪਲਿੰਗ ਬਾਰੇ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਦੱਸਣਾ ਉਸ ਤੋਂ ਬਾਅਦ ਟਾਈਪਸ ਇਸ ਵਿੱਚ ਟੈਬੂਲੇਸ਼ਨ ਵਾਲੇ ਬਾਰੇ 1.5 ਪੇਜ ਲਿਖਣਾ ਫਿਰ ਉਸ ਤੋਂ ਬਾਅਦ ਅੱਗੇ ਟੈਬੂਲੇਸ਼ਨ ਦਾ ਕੀ ਕਾਰਜ ਨੇ ਜਾਂ ਕਿਵੇਂ-ਕਿਵੇਂ ਕੀਤੀ ਜਾਂਦੀ ਹੈ ਇਹ ਪ੍ਰੋਸੀਜਰ ਲਿਖਣਾ ਹੈ ਇੱਥੇ ਸਿਰਫ ਇੱਕੋ ਹੀ ਕੁਐਸਚਨ ਛੋਟਾ ਜਿਹਾ ਪਿਆ ਹੋਇਆ ਸਟੈਟਿਸਟਿਕਸ ਦੇ ਕਾਰਜ ਦੱਸੋ ਤਾਂ ਅੰਕੜਾ ਵਿਗਿਆਨ ਦੇ ਜਦੋਂ ਆਪਾਂ ਕਾਰਜ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਅੰਕੜਾ ਵਿਗਿਆਨ ਇਹਦੀਆਂ ਪਰਿਭਾਸ਼ਾਵਾਂ ਪਲੱਸ ਇਹਦੇ ਫੀਚਰਸ ਕੀ ਹੈ ਫਿਰ ਆਪਾਂ ਨੇ ਫੰਕਸ਼ਨਸ ਯਾਨੀ ਕਿ ਕਾਰਜ ਦੱਸਣੇ ਨੇ ਉਸ ਤੋਂ ਬਾਅਦ ਦੇਖੋ मीडियन ਕੱਢਣਾ ਆਇਆ ਹੋਇਆ ਬਹੁਤ ਹੀ ਇੰਪੋਰਟੈਂਟ ਹੈ ਇਹ ਵੀ ਅ ਮੀਡੀਅਨ ਲਈ ਤੁਸੀਂ 10th ਵਾਲੀ ਜਿਹੜੀ ਬੁੱਕ ਹੈ ਜਿਹਦੇ ਵਿੱਚ ਜਿਵੇਂ ਤੁਸੀਂ ਉਹਦੇ ਵਿੱਚ मीडियन ਕਰਦੇ ਸੀ ਨਾ ਉਵੇਂ ਹੀ ਇਹਦੇ ਵਿੱਚ ਤੁਸੀਂ मीडियन ਕੱਢਣਾ ਹੈ ਜਿਹੜੀ ਆਪਣੀ 10th ਵਾਲੀ ਇਹਦੇ ਵਿੱਚ ਸਟੈਟਿਸਟਿਕਸ ਵਾਲਾ ਚੈਪਟਰ ਸੀ ਠੀਕ ਹੈ ਜਿਹੜੇ ਬੱਚਿਆਂ ਨੂੰ 10th ਦਾ ਮੈਥ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਸੀ ਤਾਂ ਇਹ ਕੁਐਸਚਨ ਦੇ ਵਿੱਚੋਂ ਕਿਉਂਕਿ ਮਾਰਕਸ ਫੁੱਲ ਹੁੰਦੇ ਨੇ ਇਹਦੇ ਵਿੱਚੋਂ ਦੀ ਤਾਂ ਆਪਾਂ ਪੂਰੇ 10 15 ਮਾਰਕਸ ਇਹਦੇ ਵਿੱਚੋਂ ਲੈ ਸਕਦੇ ਆਂ ਡਿਸਟੈਂਸ ਵਾਲੇ ਤੇ ਪ੍ਰਾਈਵੇਟ ਵਾਲੇ 15 ਮਾਰਕਸ ਲੈ ਸਕਦੇ ਨੇ ਤੇ ਜਿਹੜੇ ਪ੍ਰਾਈਵੇਟ ਵਾਲੇ ਰੈਗੂਲਰ ਵਾਲਿਆਂ ਨੇ ਉਹ 10 1.5 ਜਿੰਨੇ ਵੀ ਥੋੜੇ ਮਾਰਕਸ ਨੇ ਲੈ ਸਕਦੇ ਹੁਣ ਸੈਕਸ਼ਨ ਸੀ ਦੇ ਵਿੱਚ ਕਿਹੜੇ ਸ਼ਾਰਟ ਕੁਸਚਨ ਆਏ ਸੋਸ਼ਲ ਰਿਸਰਚ ਕੀ ਹੁੰਦੀ ਹੈ ਸਮਾਜਿਕ ਖੋਜ ਲਿਮਿਟੇਸ਼ਨਸ ਕੀ ਹੁੰਦੀਆਂ ਨੇ ਸੀਮਾਵਾਂ ਸਮਾਜਿਕ ਖੋਜ ਦੀਆਂ ਹਾਈਪੋਥੈਸਿਸ ਪਰਿਕਲਪਨਾ ਵੀ ਕਹਿੰਦੇ ਨੇ ਇਹਨੂੰ ਉਪਕਲਪਨਾ ਵੀ ਕਹਿੰਦੇ ਆ ऑब्ਜ਼ਰਵੇਸ਼ਨ ਨਰੀਖਣ ਟਾਈਪਸ ਆਫ ਸ਼ਡਿਊਲ ਅਨੁਸੂਚੀ ਦੀਆਂ ਕਿਸਮਾਂ ਇੰਟਰਵਿਊ ਟਾਈਪਸ ਆਫ ਕੁਐਸਚਨਰੀ ਪ੍ਰਸ਼ਨਵਲੀ ਦੀਆਂ ਕਿਸਮਾਂ ਸੈਂਪਲ ਸਿਸਟਮ ਠੀਕ ਹੈ ਸੈਂਪਲਿੰਗ ਵਾਲੇ ਕੁਸ਼ਚਨ ਚ ਕਲਾਸੀਫਿਕੇਸ਼ਨ ਹੁੰਦਾ ਵਰਗੀਕਰਨ ਏਮਸ ਆਫ ਟੈਬੂਲੇਸ਼ਨ ਸਾਰਨੀ ਕਰਨ ਦੇ ਉਦੇਸ਼ ਕੀ ਹੁੰਦੇ ਨੇ ਐਡੀਟਿੰਗ ਕੋਡਿੰਗ ਤੇ ਰਿਪੋਰਟ ਲਿਖਣ ਦੇ ਵਿੱਚ ਡਿਫਿਕਲਟੀਆਂ ਕਿਹੜੀਆਂ ਆਉਂਦੀਆਂ ਨੇ ਸਟੈਟਿਸਟਿਕਸ ਅੰਕੜਾ ਵਿਗਿਆਨ ਕੀ ਹੁੰਦਾ ਤਾਂ ਪੰਜਾਬੀ ਦੇ ਵਿੱਚ ਵੀ ਸੇਮ ਮੈਂ ਤੁਹਾਨੂੰ ਹੁਣੇ ਫੜ ਕੇ ਦੱਸਿਆ ਕਿ ਵੱਖ-ਵੱਖ ਪੜਾਅ ਵੀ ਯਾਨੀ ਕਿ ਕਦਮ ਕਿਹੜੇ ਨੇ ਫਰਸਟ ਕੁਸ਼ਚਨ ਤੁਹਾਨੂੰ ਆਇਆ ਹੋਇਆ ਪਰਿਕਲਪਨਾ ਉਪਕਲਪਨਾ ਦਾ ਕੀ ਅਰਥ ਹੈ ਇਸ ਦੇ ਸੂਮਿਆ ਦੀ ਸਾਧਨਾ ਦੀ ਵਿਆਖਿਆ ਕਰੋ ਇੰਟਰਵਿਊ ਦੀ ਪਰਿਭਾਸ਼ਾ ਦਿਓ ਇਸ ਦੀ ਕਿਸਮਾਂ ਤੇ ਕਿਸਮਾਂ ਦੀ ਵਿਆਖਿਆ ਕਰੋ ਤਾਂ ਬਿਲਕੁਲ ਛੋਟੇ ਛੋਟੇ ਕੋਸ਼ਣ ਹੈ ਤਾਂ ਆਪਾਂ ਨੇ ਜਿਹੜੇ ਆਪਣਾ ਪਰਿਕਲਪਨਾ ਦਾ ਮੀਨਿੰਗ ਵਗੈਰਾ ਇੰਟਰਵਿਊ ਦਾ ਮੀਨਿੰਗ ਵਗੈਰਾ ਪੁੱਛਣਾ ਉਹ ਥੋੜਾ ਜਿਆਦਾ ਲੰਬਾ ਵਧਾ ਕੇ ਦੋ ਪੇਜੀਸ ਆਪਾਂ ਨੇ ਲਿਖਣਾ ਪੈਣਾ ਕਿਉਂਕਿ ਇਹ ਪਿਛਲੇ ਵਾਲਾ ਜਿਹੜਾ ਹੈ ਬਿਲਕੁਲ ਛੋਟਾ ਹੈ ਫਾਈਨ ਕਿਸਮਾਂ ਜਿਹੜੀਆਂ ਤੁਹਾਨੂੰ ਆਈ ਗਏਸ ਕਿ ਤੁਹਾਨੂੰ ਪ੍ਰੋਬੈਬਿਲਟੀ ਤੇ ਨਾਨ ਪ੍ਰੋਬੈਬਿਲਟੀ ਵਾਲੀ ਇਹ ਕਿਸਮਾਂ ਨੇ ਅਨੁਸੂਚੀ ਪ੍ਰਸ਼ਨ ਆਵਲੀ ਦੇ ਵਿੱਚ ਅੰਦਰ ਦੱਸੋ ਇਹ ਕੁਐਸਚਨ ਸ਼ਾਇਦ ਮੈਂ ਨਹੀਂ ਕਰਵਾਇਆ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਅਗਰ ਨਹੀਂ ਕਰਵਾਇਆ ਹੋਇਆ ਤਾਂ ਮੈਂ ਜਲਦੀ ਹੀ ਇਹ ਕੁਐਸ ਸੈਕਸ਼ਨ ਬੀ ਦੇ ਵਿੱਚ ਸੈਂਪਲਿੰਗ ਦੀ ਪਰਿਭਾਸ਼ਾ ਦੇ ਉਸੀਆਂ ਕਿਸਮਾਂ ਸਾਰਨੀਕਰਨ ਬਾਰੇ ਤੁਸੀਂ ਕੀ ਜਾਂਦੇ ਹੋ ਵਿਸਥਾਰ ਨਾਲ ਲਿਖੋ ਸੰਖਿਆ ਕੀ ਯਾਨੀ ਕਿ ਅੰਕੜਾ ਵਿਗਿਆਨ ਦੇ ਵਖਵ ਕੰਮਾਂ ਦਾ ਵਰਣਨ ਕਰੋ ਬਾਰ ਬਾਰ ਕਹ ਰਹੀਆਂ ਕਿ ਅਗਰ ਤੁਸੀਂ ਇਹ ਕੁਸ਼ਨ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਸਟੈਟਿਸਟਿਕਸ ਦਾ मीनिंग ਕੀ ਇੰਟਰੋਡਕਸ਼ਨ मीनिंग देन ਡਿਫੀਨੇਸ਼ਨ देन ਇਹਦੇ ਜਿਹੜੇ ਨੇ ਆਪਾਂ ਨੇ ਕਾਰਜ ਚ ਲਿਖਣੇ ਨੇ ਠੀਕ ਹੈ ਅਗਰ ਤੁਸੀਂ ਕੱਲੇ ਕਾਰਜ ਇੱਥੇ ਲਿਖ ਦੋਗੇ ਕਿਉਂਕਿ ਕੱਲੇ ਕਾਰਜ ਪੁੱਛੇ ਹੋਏ ਨਹੀਂ ਇਹ ਸਿਰਫ ਥੋੜਾ ਮਾਈਂਡ ਚੈੱਕ ਕਰਦੇ ਨੇ ਕਿ ਥੋੜੇ ਥੋੜੇ ਅੰਦਰ ਜਿਹੜੀ ਹੈ ਪ੍ਰেজেন্ট ਕਰਨ ਦੀ ਜਿਹੜੀ ਹੈਗੀ ਹੈ ਉਹ ਤੁਹਾਡੀ ਵਿਧੀ ਕਿਦਾਂ ਦੀ ਹੈ ਤਾਂ ਇਸ ਕਰਕੇ ਜਿਹੜਾ ਹੈ ਪ੍ਰেজੈਂਟੇਬਲ ਬਣਾ ਲੈ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੀ ਇੰਟਰੋਡਕਸ਼ਨ ਦੈਨ मीनिंग ਦੈਨ ਡੈਫੀਨੇਸ਼ਨ ਫਿਰ ਉਸ ਤੋਂ ਬਾਅਦ ਕਾਰਜ ਜੋ ਚੀਜ਼ ਇਹਨਾਂ ਨੇ ਪੁੱਛਿਆ ਕਾਰਜ ਵਿਸ਼ੇਸ਼ਤਾਵਾਂ ਕੁਝ ਵੀ ਪੁੱਛਿਆ ਤਾਂ ਆਪਣਾ ਉਹ ਬਾਤ ਲਿਖਣਾ ਠੀਕ ਹੈ ਤਾਂ ਸਹੀ ਸੀ ਪਾਰਟ ਦੇ ਵਿੱਚ ਆਪਾਂ ਨੂੰ ਸਮਾਜਿਕ ਖੋਜ ਛੋਟੇ ਪ੍ਰਸ਼ਨਾਂ ਉੱਤਰਨ ਤਾਂ ਇੱਕ ਸ਼ੀਟ ਦੇ ਉੱਤੇ ਤਿੰਨ ਜਾਂ ਚਾਰ ਅਟੈਂਪਟ ਕਰਨੇ ਆ ਸਮਾਜਿਕ ਖੋਜ ਦੀਆਂ ਸੀਮਾਵਾਂ ਪਰਿਕਲਪਨਾ ਨਰੀਖਣ ਅਨੁਸੂਚੀ ਦੇ ਪ੍ਰਕਾਰ ਕੀ ਹੁੰਦੇ ਨੇ ਇੰਟਰਵਿਊ ਪ੍ਰਸ਼ਨਵਲੀ ਦੇ ਪ੍ਰਕਾਰ ਕਿਦਾਂ ਦੇ ਹੁੰਦੇ ਨੇ ਸੈਂਪਲ ਪ੍ਰਣਾਲੀ ਕੀ ਹੁੰਦੀ ਹੈ ਵਰਗੀਕਰਨ ਸਾਰਨੀ ਕਰਨ ਦੇ ਉਦੇਸ਼ ਸੰਪਾਦਨ ਕੋਡਿੰਗ ਰਿਪੋਰਟ ਜਦੋਂ ਆਪਾਂ ਲਿਖਦੇ ਆ ਤਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਪਾਂ ਨੂੰ ਆਉਂਦੀਆਂ ਨੇ ਸੰਖਿਆ ਕੀ ਯਾਨੀ ਕਿ ਅੰਕੜਾ ਵਿਗਿਆਨ ਇਹ ਸੀ ਇੰਪੋਰਟੈਂਟ ਕੁਐਸਚਨ ਜਿਹੜੇ ਲਾਸਟイヤー ਆਏ ਸੀ ਤੇ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਹੁਣ ਪੇਪਰ ਦੇ ਵਿੱਚ ਪੱਕਾ ਆਣੀਏ ਉਹ ਵੀ ਮੈਂ ਲੌਂਗ ਤੇ ਸ਼ਾਰਟ ਜਲਦੀ ਜਲਦੀ ਵੀਡੀਓ ਅਪਲੋਡ ਕਰਦੀ ਆ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ ਸੋ ਮੱਚ